₹80 ਜੇ ਬਚਦੇ ਨਾ ਤੇ ਚੌਧਰੀ ਜਦੋਂ ਨੁਕਸਾਨ ਆਉਂਦਾ ਫਿਰ ਉਹ ਵੀ ਲੱਖਾਂ 'ਚ ਆਉਂਦਾ ਅੱਜ ਚੈੱਕ ਕਰੋ ਰਾਤੀ ਜਿਹੜੀ ਬਾਰਿਸ਼ ਆਈ ਹੈ ਚੌਥੇ ਦਿਨ ਲਗਾਤਾਰ ਚੌਥੀ ਬਾਰਿਸ਼ ਆਈ ਹੈ ਕਬਾ ਫਾਰਕ ਕਰ ਦਿੱਤੀ ਉਹਨੇ ਸਾਰੀ ਕਬਾ ਡਿੱਗੀ ਜ਼ਮੀਨ ਨਾਲ ਮਿਲ ਗਈ ਇੱਥੇ ਬੰਦਾ ਨਹੀਂ ਸੀ ਖਲੋਤਾ ਨਜ਼ਰ ਆਉਂਦਾ ਇਹ ਵੇਖੋ ਬਿਲਕੁਲ ਪ੍ਰੈਸ ਕਰ ਦਿੱਤੀ ਹੈ ਰਾਤਲੇ ਤੂਫਾਨ ਨੇ ਔਰ ਕਿਉਂਕਿ ਪਿਛਲੇ 4 ਦਿਨਾਂ ਤੋਂ ਲਗਾਤਾਰ ਬਾਰਿਸ਼ ਆ ਰਹੀ ਹੈ ਵੇਖੋ ਕਿੰਨੇ ਕਿੰਨੇ ਟੀਂਡੇ ਥੱਲੇ ਗਲ ਗਏ ਨੇ 5-5 ਟੀਂਡੇ ਗਲ ਗਏ ਨੇ ਇਹ ਦੇਖੋ ਖਤਮ ਹੋ ਗਏ ਥੱਲੋਂ 5-5 ਟੀਂਡੇ ਮਤਲਬ ਕਿ 40-50 ਹਜ਼ਾਰ ਰੁਪਏ ਦਾ 1 ਏਕੜ ਦਾ ਨੁਕਸਾਨ ਹੋ ਚੁੱਕਿਆ ਔਰ ਅਗਲੇ 4 ਦਿਨ ਹਾਲੇ ਵੀ ਬਾਰਿਸ਼ ਕੀ ਉਸੇ ਤਰ੍ਹਾਂ ਹੀ ਨੁਕਸਾਨ ਹੋ ਰਿਹਾ ਜਿਸ ਤਰ੍ਹਾਂ ਪਿਛਲੇ ਸਾਲ ਹੋ ਰਿਹਾ ਸੀ ਪਿਛਲੇ ਸਾਲ ਵੀ ਐਸੇ ਤਰ੍ਹਾਂ ਹੀ ਸਪੈਲ ਆਇਆ ਸੀ ਕਈ ਦਿਨ ਲਗਾਤਾਰ ਬਾਰਿਸ਼ ਹੋਈ ਸੀ ਇਸ ਦਫਾ ਫਿਰ ਉਹੋ ਹੀ ਕੰਮ ਹੋ ਰਿਹਾ ਬਹਾਵਲਪੁਰੇ ਪਿਛਲੇ 4 ਦਿਨ 4 ਬਾਰਿਸ਼ਾਂ ਨੇ ਅਗਲੇ 4 ਦਿਨ 4 ਆਉਂਦੀਆਂ ਨੇ ਤੇ ਬਸ ਕੰਮ ਖਰਾਬ ਹੋ ਜਾਏਗਾ ਇਹ ਵੇਖੋ ਜਿਹੜੇ ਬੂਟੇ ਨਹੀਂ ਸੰਢੇ ਗਏ ਬੰਦਾ ਖਲੋਤਾ ਵੀ ਨਜ਼ਰ ਨਹੀਂ ਸੀ ਆਉਂਦਾ ਔਰ ਇੱਥੇ ਦੇਖੋ ਜ਼ਮੀਨ ਨਾਲ ਮਿਲ ਗਿਆ ਐਵੇਂ ਡਿੱਗੇ ਜਿਹਨਾਂ ਕੰਨਾਂ ਮੜ ਦਿੱਤੇ ਸਾਈਟੋ 2023 ਵੈਰਾਈਟੀ ਹੈ